ਅੱਜ ਆਪਾਂ ਚੱਲੇ ਸੀ ਕੋਈ ਜਾਮ ਹੋਏ ਪਏ ਆ ਗੁਰਦਾਸਪੁਰ ਸੀਟਾਂ ਸਾਡੀਆਂ ਸੈੱਟ ਨਹੀਂ ਅੱਜ ਪਰ ਜਦੋਂ ਉਹਦੇ ਕਹਿਣ ਨੂੰ ਕਰਾਰ ਕੀਤਾ ਹੋਵੇ ਫਿਰ ਜਾਣਾ ਪੈਂਦਾ ਵਿਆਹ ਤੇ ਬੰਨ ਲੱਗੇ ਪਏ ਹਾੜ ਆਏ ਪਏ ਆਪਾਂ ਚੱਲੇ ਹਾਂ ਵਿਆਹ ਤੇ ਨਾਲ ਹੈਗੇ ਚੋਬਰ ਕੁਵਾਲ ਸਿੰਘ ਤੇ ਜੋ ਜੋ ਮਿਸਤਰੀਆਂ ਦਾ ਮੁੰਡਾ ਗੁੱਲੀ ਤੇ ਇੱਕ ਹੋਰ ਉਹਨੂੰ ਚੱਕਣਾ ਇੱਥੋਂ ਮੋਗਿਓ ਸ਼ਾਹਕੋਟ ਵਾਲੇ ਟੂਲ ਪਲਾਜੇ ਤੇ ਇੱਕ ਜੈਂਟਸ ਨਾਲ ਮਿਲਾਈਏ ਤੁਹਾਨੂੰ ਲਾਈਨਾਂ ਬੰਦ ਕੀਤੀਆਂ ਇੱਧਰ ਨੀ ਪਤਾ ਨੀ ਇਹ ਕਿਉਂ ਬਣਾਈਆਂ ਫਿਰ ਜਦੋਂ ਚਲਾਉਣਗੇ ਇਹਨਾਂ ਨੇ ਆਹਲੀਆਂ ਦੋ ਆ ਫਿਰ ਹੌਲੀ ਹੌਲੀ ਤੁਰੀ ਜਾਂਦੇ ਹਾਂ ਇੱਥੋਂ ਲੈ ਪਰ ਟ੍ਰੈਫਿਕ ਉਹਦੇ ਕਹਿਣ ਕੰਮ ਘਟਾਉਣ ਦੇ ਮਾਰੇ ਨਾ ਗਾਂ ਵੀ ਪਾਣੀ ਆਇਆ ਪਿਆ ਜ਼ਿਆਦਾ ਉਹ ਵੀ ਦਿਖਾਉਂਦੇ ਹਾਂ ਤੁਹਾਨੂੰ ਕੀ ਮਾਹੌਲ ਆ ਅੱਗੇ ਦਾ ਅੱਜ ਆਇਆ ਤਾਂ ਕਹਿੰਦੇ ਕਾਫੀ ਆ ਪਾਣੀ ਅਤੇ ਵਧੀਆ ਕੰਮ ਆ ਸਾਰਾ ਅੱਗੇ ਮਾਹੌਲ ਚੈੱਕ ਕਰਦੇ ਹਾਂ ਦੋ ਲੈਣਾ ਘੇਰ ਕੇ ਫੇਰ ਚੱਲਦਾ ਹੈ ਹਿਸਾਬ ਨਾਲ ਚੱਕਣੇ ਪੈਣੇ ਇਹਨਾਂ ਨੂੰ ਸਾਰੇ ਆ ਬੈਰੀਕੇਡ ਜੇ ਨਾਕੇ ਜਿਹੜਾ ਹੁੰਦਾ ਇੱਥੇ ਜ਼ਿਲ੍ਹੇ ਵਾਲਾ ਜ਼ਿਲ੍ਹਾ ਖਤਮ ਹੁੰਦਾ ਖਾਣੀ ਜਿੱਥੇ ਜ਼ਿਲ੍ਹਾ ਹੱਦ ਵਾਲਾ ਇਹ ਨਾਕਾ ਇੱਥੇ ਬੈਰੀਗੇਡ ਪਾਸੇ ਕਰਕੇ ਹੁਣ ਫੇਰ ਨਗਾਉਣਗੇ ਇਹਨੂੰ ਵੱਡਾ ਵੱਡਾ ਕਰੇਨ ਟਾਇਰ ਖੁੱਲ ਗਿਆ ਦੋ ਤਿੰਨ ਦੇਖ ਲਿਆ ਉਹਨੇ ਰਾਹ ਤੇ ਆਪਾਂ ਨਾ ਪਿੱਛੇ ਗੱਡੀ ਅੰਡੀਕਾ ਸੀਗੀ ਉਹ ਰੋਂਗ ਸਾਈਡ ਤੋਂ ਸਾਰੀ ਠੋਕੀ ਪਈ ਸੀ ਇੱਥੇ ਆ ਟਰੱਕ ਦਾ ਟਾਇਰ ਜਿਹਾ ਲੱਥਿਆ ਪਿਆ ਜੀ ਇੱਕ ਹੁਣੇ ਹੁਣੇ ਪੌਂਦਾ ਬਚਿਆ ਲੋ ਮੁੰਡ ਆਪਾਂ ਪਹੁੰਚ ਚੁੱਕੇ ਹਾਂ ਲੰਬੜਾ ਜਲੰਧਰ ਦੇ ਨਾਲ ਜਾਵਾਂ ਇੱਥੋਂ ਜਲੰਧਰ ਦਾ ਸੀਜ਼ਨ ਆਹ ਦੇਖੋ ਆਹ ਬੱਲੇ ਬੋਤਲ ਵੀ ਨਿਕਲ ਕੇ ਡਿੱਗ ਪਈ ਪਿੱਛੇ ਨੂੰ ਇੱਥੋਂ ਜਲੰਧਰ ਦਾ ਸੀਜ਼ਨ ਟਾਵਰ ਦੇਖਣਾ ਸਟਾਰਟ ਹੋ ਗਿਆ ਸੀਜ਼ਨ ਟਾਵਰ ਮਤਲਬ ਜਿਹੜਾ ਦੂਰਦਰਸ਼ਨ ਵਾਲਾ ਟਾਵਰ ਆ ਉਧਰਲੇ ਪਾਸੇ ਆ ਦਿਖਾਉਂਦੇ ਹਾਂ ਤੈਨੂੰ ਤੇ ਉਹ ਆ ਗਿਆ ਸਾਹਮਣੇ ਉਹ ਦੂਰਦਰਸ਼ਨ ਦਾ ਟਾਵਰ ਆ ਗਿਆ ਜਲੰਧਰ ਚਲੋ ਰਾਹ ਸੋਹਣਾ ਬਣਾਇਆ ਵਾ ਹੁਣ ਜਲੰਧਰ ਵਾਲਾ ਪਹਿਲਾਂ ਤਾਂ ਸਿੰਗਲਿਆ ਹੁੰਦਾ ਹੀ ਆ ਸਾਰਾ ਬਹੁਤ ਟਾਈਮ ਬਾਅਦ ਆਇਆ ਹੁਣ ਮੈਂ ਉਦੋਂ ਆਏ ਸੀ ਇੱਕ ਵਾਰੀ ਆ ਹੁਣ ਇੱਧਰ ਤੰਨੜ ਸਾਹਿਬ ਉਦੋਂ ਪਿੰਡ ਵਿੱਚ ਦੀ ਨਿਕਲ ਗਈ ਸਾਈਡ ਸਾਈਡ ਦੇ ਜੀ ਹੁਣ ਕੈਮਰਾ ਥੋੜ੍ਹਾ ਜਿਹਾ ਸਾਫ਼ ਕੀਤਾ ਹੁਣ ਸਹੀ ਦੇਖਣ ਲੱਗਾ ਕਿ ਕੈਮਰਾ ਧੁੰਦਲਾ ਜੀ ਸਾਰਾ ਪਹੁੰਚ ਚੁੱਕੇ ਆਪਾਂ ਬਸ ਜਲੰਧਰ ਵੀ ਆ ਗਏ ਪਹੁੰਚਿਆ ਤੇ ਇਹਦਾ ਸੋਹਣਾ ਦੀਂਦਾ ਮਾਹੌਲ 3X ਵੇਖਦਾ ਸੋਹਣਾ ਲੱਗਦਾ ਜੀ ਪੱਲੇ ਦੇਖੋ ਬਈ ਦੂਜੇ ਪਾਸੇ ਟ੍ਰੈਫਿਕ ਆ ਥੋੜ੍ਹਾ ਜਿਹਾ ਜ਼ਿਆਦਾ ਉੱਧਰੋਂ ਇੱਧਰ ਲੋਕੀ ਪੁੱਠੇ ਪਾਸੇ ਦੀ ਬਾਈ ਤੁਰੇ ਆਉਂਦੇ ਆ ਉਧਰ ਨੂੰ ਨਾ ਜਾਣਾ ਪਵੇ ਟ੍ਰੈਫਿਕ ਚ ਬਸ ਐਂ ਚੱਲੇ ਜੀ ਐ ਨੂੰ ਕਹਿੰਦੇ ਜਲੰਧਰ ਚਲੋ ਜੀ ਹੋ ਗਿਆ ਕੱਚਾ ਰਾਹ ਜਲੰਧਰ ਕੱਚਾ ਰਾਹ ਆ ਗਿਆ ਜਲੰਧਰ ਵਾਲਾ ਚਲੋ ਜੀ ਜਲੰਧਰ ਦੇ ਟੁੱਟੇ ਰਾਹ ਸਟਾਰਟ ਹੋ ਗਏ ਬਾਹਰੇ ਬਾਹਰ ਹੀ ਆ ਸਾਰੇ ਜਿੰਨੇ ਸਾਫ਼ ਆ ਇੱਥੇ ਤਾਂ ਉਖਲ ਖਾਨਾ ਹੀ ਆ ਤੇਰਾ ਭੂੰਡ ਇੱਥੇ ਵੀ ਆ ਨਾ ਕਾਲੇ ਜੇ ਲਓ ਜੀ ਸਾਰਾ ਹੀ ਆ ਕੰਮ
ਨਕੋਦਰ ਚੌਂਕ ਆ ਗਿਆ ਆਹੋ ਨਕੋਦਰ ਚੌਂਕ ਆ ਗਿਆ ਬਾਈ ਨਕੋਦਰ ਚੌਂਕ ਮਗਰ ਲਾਏ ਥੋੜੀ ਜਿਹੀ ਯਾਰ ਭਗਵਾਨ ਵਾਲਮੀਕ ਚੌਂਕ ਆ ਲੱਗੇ ਜਲੰਧਰ ਦੇ ਆਖੇ ਓਦਾਂ ਨੀ ਮੈਂ ਇੱਥੇ ਗੱਡੀ ਲੈ ਕੇ ਆਉਣਾ ਡੇਲੀ ਇਹ ਲਵੇਟ ਲਵੇਟ ਕੀ ਰੱਖਣ ਵਾਲਾ ਬੰਦਾ ਇਹ ਚਲੋ ਜੀ ਹੋ ਗਏ ਐਂਟਰ ਜਲੰਧਰ ਦੇ ਗੱਡੀ ਵੱਜ ਗਿਆ ਦਸ ਦੇ ਵਿੱਚ ਬਸ ਕੀ ਕਰੀਏ ਕੀ ਦੱਸੀਏ ਬਸ ਆਹ ਸਾਲਿਆ ਨਾ ਜਿਹੜੇ ਆਹ ਭੂੰਡੇ ਇਹਨਾਂ ਤੋਂ ਤਾਂ ਬੰਦਾ ਫੁੱਟ ਫੁੱਟ ਦੂਰ ਹੀ ਜਾਵੇ ਫੇਰ ਹੀ ਫਾਇਦਾ ਅੰਨੇ ਵਾਹ ਹੁੰਦੇ ਹਾਲੇ ਨਾ ਨਾ ਪਤਾ ਇਹਨਾਂ ਬ੍ਰੇਕ ਵੀ ਨਹੀਂ ਲੱਗਦੇ ਆਪਾਂ 10 ਫੁੱਟ ਦੂਰ ਹੈ ਕੀ ਕਰਾਂਗੇ ਮਾਰੋ ਅੱਗ ਹੋਣਾ ਉਹਨਾਂ ਨੇ ਤਾਂ ਬ੍ਰੇਕ ਤੇ ਤਾਂ ਪੈਰ ਲਾਉਂਦੇ ਹੀ ਨਹੀਂ ਲਿਆ ਕੇ ਵਿੱਚ ਵਾੜਦਾ ਦਿਖਾਉਂਦੇ ਆ ਤੈਨੂੰ ਥੋੜੇ ਟਾਈਮ ਤੱਕ ਕੀ ਆਹ ਰੇਹੜੀ ਲੱਗੀ ਲੈ ਜਾਓ 150 ਇੱਥੇ ਜਲੰਧਰ ਚ ਦੂਜਾ ਝੰਡਾ ਦੇਖ ਲਿਆ ਸੀ ਹੁਣ ਇਹ ਪਤਾ ਨੀ ਕਿਹੜਾ ਚੌਂਕ ਆਉਣ ਇੱਥੇ ਪਹਿਲਾਂ ਪਿੱਛੇ ਵਾਲੇ ਸੀਗਾ ਉਹਲੇ ਚ ਹੁਣ ਇਹ ਚ ਔਖਾ ਹੀ ਆ ਝੰਡੇ ਤੇ ਝੰਡਾ ਦੇਖੋ ਵੀ ਇੱਧਰ ਗੁਰਦਾਸਪੁਰ ਸਾਈਡ ਨੂੰ ਜਿੰਦਾ ਲੱਗ ਗਿਆ ਮੇਰੇ ਹਿਸਾਬ ਨਾਲ ਦੇਖੋ ਇੱਥੇ ਪਹੁੰਚੇ ਹੀ ਦੇਖੋ ਇੱਧਰ ਹੜ ਦਾ ਪਾਣੀ ਆਇਆ ਵਾ ਸਾਰਾ ਡੁੱਬੇ ਕੇ ਹਟੇ ਹੋਇਆ ਨਹਿਰ ਜਾਂਦੀ ਵੱਡੀ ਮੇਰੇ ਹਿਸਾਬ ਨਾਲ ਸਾਰਾ ਪਾਣੀ ਆ ਮੰਦਾ ਹਾਲ ਹੀ ਆ ਵਿਚਾਰਾ ਗਾਂ ਤੱਕ ਸੂਏ ਦੇ ਨਾਲ ਨਾਲ ਜਾ ਜੇ ਕੋਹੜੀ ਦੇਖ ਲਓ ਯਾਰ ਤੁਸੀਂ ਇਹ 'ਚ ਕਿੰਨੀ ਸਲਾਹ ਪਾਈ ਵੀ ਆ ਓਨਾ ਉੱਚਾ ਪਾਣੀ ਸੀਗਾ ਇੱਕ ਤਾਂ ਢਹਿ ਹੀ ਗਈ ਆਹ ਵਾਲੀ ਤਾਂ ਬੁਰਾ ਹਾਲ ਹੀ ਆ ਇੱਧਰ ਦਾ ਚਲੋ ਵੀ ਚੱਲੀਏ ਮੁੰਡਿਓ ਔਖਾ ਹੀ ਆ ਵੀਰੇ ਲਓ ਜੀ ਭਾਈ ਫਸ ਗਏ ਪੁੱਠੇ ਰਾਹ 'ਚ ਇਹ ਸਾਡੇ ਨਾਲ ਹਮੇਸ਼ਾ ਹੀ ਸਾਡੇ ਨਾਲ ਇੱਦਾਂ ਹੁੰਦਾ ਜਦੋਂ ਆਪਦੇ ਏਰੀਆ 'ਚੋਂ ਬਾਹਰ ਹੋਏ ਨਾ ਇਹ ਹਮੇਸ਼ਾ ਹੀ ਕਿਤੇ ਨਾ ਕਿਤੇ ਪਾਸੇ ਆਸੇ ਵਾਹ ਜੀ ਬਾਈ ਜੀ ਪਾਸੇ ਹੋ ਜਾਓ ਬੜਾ ਕਸੂਤੇ ਪਾਸੇ ਆ ਲਿਆ ਯਾਰ ਚੱਲ ਚੱਲ ਨੰਘ ਹੀ ਹੋਏ ਆ ਜਾ ਉੱਥੋਂ ਹੀ ਅੰਦਰ ਆ ਜਾ ਦੇਖੋ ਜਿੰਨਾ ਦੇ ਪਾਣੀ ਆਇਆ ਹੋਇਆ ਵਿਚਾਰੇ ਇੱਥੇ ਸੜਕਾਂ 'ਤੇ ਬੈਠੇ ਆਪਦਾ ਲੈ ਕੇ ਪਸ਼ੂ ਢਾਂਡਾ ਲੈ ਕੇ ਤੰਬੂ ਲਾ ਕੇ ਉਹ ਘਰ ਸੀਗਾ ਸਾਰੇ ਪਾਣੀ ਪਾਣੀ ਹੋਇਆ ਪਿਆ ਉਹ ਘਰ ਲਓ ਬਈ ਮੁੰਡੇ ਪਹੁੰਚ ਗਏ ਆ ਬਾਈ ਦੀ ਬ੍ਰਿਜ ਆ ਪਹੁੰਚ ਗਏ ਮੁੰਡੇ ਪਹੁੰਚ ਗਏ ਫੰਕਸ਼ਨ 'ਤੇ ਹੋਰ ਵੀਰੇ ਕੀ ਹਾਲ ਚਾਲ ਠੀਕ ਠਾਕ ਵਾਹ ਵਧੀਆ ਚਲੋ ਚੱਲੀਏ ਅੰਦਰ ਹੁਣ ਥੱਕ ਗਏ ਬਹੁਤ ਪਹੁੰਚ ਗਏ ਲਓ ਜੀ ਆਪਾਂ ਪਹੁੰਚ ਗਏ ਹਾਂ ਵਿਆਹ 'ਤੇ ਇੱਥੇ ਬੈਠੇ ਆਉਣਾ ਗੱਡੀ 'ਚ ਇੱਧਰਲੇ ਏਰੀਏ 'ਚ ਕਹਿੰਦੇ ਥੋੜ੍ਹਾ ਜਲਦੀ ਵਿਆਹ ਖਤਮ ਕਰ ਦਿੰਦੇ ਅਜੇ 3 ਵਜੇ ਉਹਨਾਂ ਨੇ ਸਾਰਾ ਕੁਛ ਚੱਕ ਚੁੱਕ ਕੇ ਰੋਟੀ ਵੀ ਲਾਤੀ ਸ਼ਗਨ ਸ਼ੁਗਨ ਵੀ ਪੈ ਗਿਆ ਹੁਣ ਅਸੀਂ ਕੌਫੀ ਪੀਤੀ ਜਾ ਰਹੀ ਆ ਹੁਣ ਬੈਠੇ ਹਾਂ ਇੱਥੇ ਉਹ ਕਹਿੰਦੇ ਹੋਰ ਥੋੜ੍ਹੇ ਟਾਈਮ ਤੱਕ ਤੋਰਦੇ ਹਾਂ ਲਓ ਜੀ ਆਪਾਂ ਵਿਆਹ ਤੋਂ ਚੱਲੇ ਵਾਪਸ ਹੁਣ ਕਿਉਂਕਿ ਇੱਧਰਲੇ ਏਰੀਏ ਦਾ ਵਿਆਹ ਛੇਤੀ ਖਤਮ ਹੋ ਜਾਂਦਾ 4 ਵਜੇ ਆ ਦੋ ਘੰਟੇ ਖੜੇ ਅਸੀਂ ਅਤੇ ਹੁਣ ਉਹ ਚੱਲੇ ਵਾਪਸ ਅਤੇ ਆਪਾਂ ਵੀ ਚੱਲੇ ਵਾਪਸ ਹੁਣ ਪਰ ਸਾਨੂੰ ਲੱਗ ਗਿਆ ਉਹਨਾਂ ਨੂੰ ਲੱਗਣੇ ਆ ਉਹਨਾਂ ਨੂੰ ਹੀ ਲੱਗ ਗਿਆ 3 ਘੰਟੇ ਨਾ ਮੁੰਡੇ ਵਾਲਾ ਤਾਂ ਦੂਰ ਹੀ ਆ 125 ਉਹ ਆ ਅਤੇ 198 ਅਸੀਂ ਆ
ਤਿੰਨ ਘੰਟੇ ਸਾਨੂੰ ਲੱਗ ਜਾਣੇ ਆ, ਦੋ ਘੰਟੇ ਉਹਨਾਂ ਨੂੰ ਲੱਗ ਜਾਣੇ ਆ। ਚਲੋ ਜਾਂਦੇ ਹਾਂ ਵਾਪਸ, ਹੁਣ ਵੇਖਦੇ ਆ ਰਾਹ ਚ ਕੀ ਬਣਦਾ। ਹਰੀ ਕੇ ਦੀ ਨਹਿਰ ਦਿਖਾਉਂਦੇ ਆ ਤੁਹਾਨੂੰ ਵੱਡੀ। ਲਓ ਜੀ ਅੰਮ੍ਰਿਤਸਰ ਦਾ ਟ੍ਰੈਫਿਕ, ਧਰਨਾ ਧੁਰਨਾ ਲੱਗਿਆ ਲੱਗਦਾ ਕੁਛ, ਬਹੁਤ ਜ਼ਿਆਦਾ ਆ ਟ੍ਰੈਫਿਕ ਇੱਥੇ ਦਾ, ਬੋਲੋ ਜ਼ਿਆਦਾ ਆ। ਬਚੀ ਗਏ ਗਾ ਤੁਹਾਨੂੰ ਆਪਦੇ ਬੰਦੇ ਵੀ ਦਿਖਾਉਂਦੇ ਜੀ, ਰੋਕੋ ਇੱਕ ਮਿੰਟ। ਜਿੰਨੀਆਂ ਵੀ ਇੱਥੇ ਸਾਰੀਆਂ ਜਗ੍ਹਾ ਹੀ ਹੈ ਨੀ ਇੱਥੇ ਬੜਾ ਕਿਸੇ ਚ ਵੀ ਬੈਠਣ ਨੂੰ। ਉਧਰ ਬੱਸ ਹੋਵੇ ਤਿੰਨ ਚਾਰ ਜਾਣੇ ਬੈਠੇ ਆ, ਪਤਾ ਹੀ ਨੀ ਲੱਗਦਾ ਇੱਥੇ ਕੌਣ ਚਲਾਉਂਦਾ ਕੌਣ ਨਹੀਂ। ਲਓ ਜੀ ਹਰੀ ਵਾਲੇ ਬਾਈਪਾਸ ਵਾਲੇ ਦੀ ਵੱਡੇ ਪੁਲ ਦੀ ਇੱਕ ਸਾਈਡ ਬੰਦ ਕੀਤੀ ਹੋਈ ਆ, ਸੇਵਾ ਚ ਟਰਾਲੀਆਂ ਲਈ ਜਾਂਦੇ ਨੇ। ਦੇਖ ਸਕਦੇ ਤੁਸੀਂ ਤੁਹਾਡੇ ਨਾ ਅੱਗੋਂ ਟ੍ਰੈਫਿਕ ਆਉਂਦਾ, ਹੁਣ ਆਪਾਂ ਪੁਲ 'ਤੇ ਵੀ ਨਹੀਂ ਕੱਢ ਸਕਦੇ ਹੈ ਨਾ, ਟ੍ਰੈਫਿਕ ਇੱਕ ਪਾਸੇ ਹੀ ਆਉਂਦਾ। ਪਰ ਇੱਥੇ ਲੋਕ ਕਾਹਲੇ ਤੋਂ ਕਾਹਲੇ ਆ, ਦੇਖੋ ਇੱਧਰ ਆਇਆ ਥੱਲੜ ਦੇ ਪਾਸੇ, ਭਾਵੇਂ ਗੱਡੇ ਕਿੰਨੇ ਲਾਏ ਵੇ, ਇੱਧਰ ਦੂਜੇ ਪਾਸੇ ਸਾਰਾ ਪਾਣੀ ਆਇਆ ਵਾ ਇੱਧਰਲੇ ਪਾਸੇ ਨੂੰ ਕਹਿੰਦੇ। ਇੱਥੇ ਬਾਈ ਉਹ ਵੀ ਫਿਰਦੇ ਆ ਅੰਗਰੇਜ਼ 36-30 ਵਾਲੇ ਆ ਜਾਂਦੇ ਬਾਈ, ਹੁਣ 36-30 ਲਈ ਜਾਂਦਾ ਉਹੀ ਆ ਬਾਈ, ਹੁਣ ਇੱਧਰ ਪਾਣੀ ਕਰੋ ਦੇਖੋ ਪਾਣੀ ਵਾਲੀ ਆ ਬਹੁਤ ਜ਼ਿਆਦਾ ਆ ਬਾਈ। ਨਜ਼ਾਰੇ ਘਰਾਂ 'ਚੋਂ ਬਾਹਰ ਨਿਕਲੇ ਹੋਏ ਲੋਕ ਇੱਥੋਂ ਦੇਖੋ ਬਈ, ਹਾਂ ਬੁਰਾ ਹੀ ਹਾਲ ਆ ਇੱਥੇ ਪਾਣੀ ਦਾ। ਇੱਧਰ ਇੱਧਰ ਜਾ ਕਰਦੀ ਨਾ ਸਾਰਾ, ਓਹ ਇੱਧਰ ਵੇਖ ਆ ਦੇਖੋ ਬਈ ਕਾਹ ਤੱਕ ਪਾਣੀ ਪਾਣੀ, ਇਹਨੇ ਡਬੋਇਆ ਸਾਰਾ ਪੱਟੀ ਏਰੀਆ, ਆਹ ਸਾਰਾ ਆਇਆ ਰੋਲਦਾ ਇਹਨੇ ਪਾਣੀ ਨਿਆਲੇ ਨੇ, ਬਹੁਤ ਹੀ ਜ਼ਿਆਦਾ ਹੈ ਪਾਣੀ ਬਈ। ਪਹਿਲਾਂ ਇੰਨਾ ਐਡੀ ਜੋ ਪਹਿਲਾਂ ਆਏ ਸੀ ਦੇਖੋ ਤਾਂ ਬਹੁਤ ਹੀ ਜ਼ਿਆਦਾ ਆ, ਇੱਕ ਸਾਈਡ ਬੰਦ ਆ ਵੇਖ ਲਾ। ਲੜੋ ਜੀ ਯਾਰ ਦਰਖਤ ਡੁੱਬੇ ਵੇ, ਦਰਖਤ ਇੰਨੇ ਬਣੇ ਵੇ, ਦਰਖਤ ਡੁੱਬੇ ਵੇ, ਦਰਖਤ ਕਿੰਨਾ ਉੱਚਾ ਹੁੰਦਾ ਹਨਾ, ਦਰਖਤ ਕਿੰਨਾ ਉੱਚਾ ਹੁੰਦਾ ਪਤਾ ਨੀ, ਕਿੰਨੇ ਐਮ ਐਲ ਪਾਣੀ ਆਇਆ ਹੋਇਆ, ਐਮ ਐਲ ਬਾਈ ਜੇ ਦਿੰਦਾ ਹੋਇਆ ਤੁਹਾਨੂੰ ਬਾਈ, ਹੁਣ ਚੱਪੂ ਲਈ ਫਿਰਦੇ ਕਿਸ਼ਤੀ ਅੰਦਰ ਪਾਣੀ ਦੇ ਪੱਠੇ ਪੁੱਠੇ, ਬੁਰਾ ਹਾਲ ਹੀ ਆ ਵਿਚਾਰਿਆਂ ਦਾ। ਵੇਖੋ ਆਹ ਥਾਂ ਚੈੱਕ ਕਰੋ ਤੁਸੀਂ, ਲਓ ਇੱਥੋਂ ਅੰਦਾਜ਼ਾ ਲੱਗ ਜੂਗਾ ਉਹ ਮੋਟਰ ਜਮਾਂ ਹੀ ਗਈ ਪਾਣੀ 'ਚ, ਬਹੁਤ ਜ਼ਿਆਦਾ ਪਾਣੀ ਆ, ਬਹੁਤ ਜ਼ਿਆਦਾ ਨੁਕਸਾਨ ਬਹੁਤ ਹੋਇਆ ਇੱਧਰ ਏਰੀਏ 'ਚ। ਬਾਕੀ ਸਹੀ ਗੱਲ ਆ, ਗੁਰਦਾਸਪੁਰ ਇੱਥੋਂ 200 ਕਿਲੋਮੀਟਰ ਪੈ ਜਾਂਦਾ ਘਰ ਤੋਂ, ਬੁਰਾ ਹਾਲ ਹੀ ਹੋ ਜਾਂਦਾ ਆਉਣ ਜਾਣ ਕਰਨ 'ਚ ਤਾਂ। ਚਲੋ ਮਿਲਦੇ ਹੁਣ ਘਰ ਦੇ ਬਾਹਰ ਜਾ ਕੇ ਦੇਖਦੇ ਹਾਂ। ਲੋ ਵੀ ਮੁੰਡਿਓ ਆਪਾਂ ਆ ਗਏ ਸੀ ਘਰੇ, ਰੋਟੀ ਪਾਣੀ ਖਾ ਕੇ ਕੱਪੜੇ ਕੁੱਪੜੇ ਬਦਲ ਗਏ, ਹੁਣ ਆਪਾਂ ਲੱਗੇ ਸੀ ਪੈਣ, ਨਾਲੇ ਕਰਦੇ ਹਾਂ ਵਲੋਗ ਐਡਿਟ, ਅਤੇ ਅੱਜ ਦਾ ਵਲੋਗ ਕਰਦੇ ਹਾਂ ਆਪਾਂ ਇੱਥੇ ਹੀ ਇਹ ਖਤਮ। ਅਤੇ ਜੇ ਵਧੀਆ ਲੱਗਿਆ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ, ਮਿਲਦੇ ਹਾਂ ਬਹੁਤ ਹੀ ਜਲਦੀ ਅਗਲੇ ਵਲੋਗ 'ਚ।